ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਇਸ ਵੇਲੇ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸਖਤ ਹੈ, ਨੋਨ SDS ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਦਿਖ ਰਿਹਾ। ਸੋ ਅਜਿਹੇ ਵਿੱਚ ਆਸਟ੍ਰੇਲੀਆ ਇੱਕ ਬਹੁਤ ਵਧੀਆ ਅਲਟਰਨੇਟਿਵ ਦੇ ਤੌਰ 'ਤੇ ਸਾਹਮਣੇ ਆਇਆ। ਪਰ ਆਸਟ੍ਰੇਲੀਆ ਦੀਆਂ ਕੀ ਰਿਕੁਆਇਰਮੈਂਟਸ ਨੇ, ਕਿਹੜੇ ਸਟੂਡੈਂਟਸ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ, ਇਹ ਬਹੁਤ ਸਾਰੇ ਸਟੂਡੈਂਟਸ ਨੂੰ ਹਜੇ ਵੀ ਕਲੈਰਿਟੀ ਨਹੀਂ ਹੈਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇਹ ਚਰਚਾ ਕਰਾਂਗੇ, ਡਿਸਕਸ਼ਨ ਕਰਾਂਗੇ ਕਿ ਕਿਹੜੇ ਕਿਹੜੇ ਸਟੂਡੈਂਟ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ। ਸਾਡੇ ਨਾਲ ਇੱਕ ਬੜੇ ਹੀ ਮਾਹਰ ਕੰਸਲਟੈਂਟ ਅੱਜ ਮੌਜੂਦ ਨੇ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ, ਜਿਹੜੇ 20,000 ਤੋਂ ਵੱਧ ਸਟੂਡੈਂਟਸ ਨੂੰ ਵੀਜ਼ਾ ਦਵਾ ਚੁੱਕੇ ਨੇ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਆਸਟ੍ਰੇਲੀਆ ਦਾ ਪਹਿਲਾਂ ਤਾਂ ਟ੍ਰੈਂਡ ਕੀ ਚੱਲ ਰਿਹਾ ਵਾ, ਕਿਹੜੇ ਕਿਹੜੇ ਇਨਟੇਕ ਨੇ, ਸਟੂਡੈਂਟ ਕਿੱਦਾਂ ਦੇ ਪ੍ਰੋਫਾਈਲ ਵਾਲੇ ਅਪਲਾਈ ਕਰਨ? ਸੋ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਕੋਵਿਡ ਦੇ ਦੌਰਾਨ 2 ਸਾਲ ਕਾਫੀ ਪਿੱਛੇ ਰਹਿ ਗਿਆ, ਔਰ ਜੋ ਹੁਣ ਅਪਡੇਟਸ ਆ ਰਹੇ ਨੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ, ਕਿਉਂਕਿ ਇੱਕ ਤਾਂ ਇਲੈਕਸ਼ਨ ਹੋਣ ਵਾਲੀ ਹੈ ਆਸਟ੍ਰੇਲੀਆ ਵਿੱਚ, ਮਿਡ ਟਰਮਸ 'ਚ ਇਲੈਕਸ਼ਨ ਹੋਣ ਵਾਲੀ ਹੈ। ਸੋ ਜਿਹੜੇ ਪ੍ਰਾਈਮ ਮਿਨਿਸਟਰ ਹੈ ਸਕੌਟ ਮੋਰਿਸਨ, ਹੀ ਇਜ਼ ਗਿਵਿੰਗ ਵੈਰੀ ਪੋਜ਼ਿਟਿਵ ਸਟੇਟਮੈਂਟਸ ਐਵਰੀ ਡੇ ਕਿ ਜਿਹੜਾ ਵੀ ਸਟੂਡੈਂਟ ਆਏਗਾ ਉਹਨੂੰ ਬੈਨੀਫਿਟ ਹੋਏਗਾ, ਜਾਂ ਜਿਹੜੇ ਸਟੂਡੈਂਟ ਹੈਗੇ ਹੈ ਜਿਨ੍ਹਾਂ ਨੇ ਰਿਨਿਊ ਕਰਨਾ ਉਹਨਾਂ ਦੀ ਫੀਸ ਵੇਵਰ ਕਰ ਦਿੱਤੀ ਜਾਏਗੀ। ਸੋ ਹੀ ਇਜ਼ ਗਿਵਿੰਗ ਲੋਟ ਆਫ ਪੋਜ਼ਿਟਿਵ ਸਟੇਟਮੈਂਟਸ। ਔਰ ਇੱਦਾਂ ਲੱਗ ਰਿਹਾ ਕਿ ਜਿਹੜੇ ਉਹ 2 ਸਾਲ 21-22 ਆਸਟ੍ਰੇਲੀਆ ਮਿਸ ਕਰ ਗਿਆ ਇੰਟਰਨੈਸ਼ਨਲ ਸਟੂਡੈਂਟਸ, ਬਿਕੋਜ਼ ਆਸਟ੍ਰੇਲੀਆ ਲਈ ਵੀ $1 billion ਇੰਡਸਟਰੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ, $multi-billion। ਸੋ ਜਸਮੀਤ ਜੀ, ਤੁਹਾਨੂੰ ਲੱਗਦਾ ਕਿ ਸਟੂਡੈਂਟਸ ਨੂੰ ਇੰਨਾ ਵੀ ਘਬਰਾਉਣ ਦੀ ਲੋੜ ਨਹੀਂ, ਉਹਨਾਂ ਦੀ ਵੀ ਲੋੜ ਹੈ ਕਿਸੇ ਨੂੰ? ਸੋ ਮੈਨੂੰ ਲੱਗਦਾ ਕਿ ਕਾਫੀ ਸਾਰੇ ਸਟੂਡੈਂਟਸ ਜਿਹੜੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਹੈਗੇ ਹੈ, ਸੋ ਲੱਗ ਜਿਨ੍ਹਾਂ ਨੂੰ ਮਲਟੀਪਲ ਟਾਈਮ ਰਿਫਿਊਜ਼ਲ ਆ ਚੁੱਕੀ ਹੈ। ਸੋ ਦੇਖੋ, ਕੈਨੇਡਾ ਦੀ ਅਸੀਂ ਗੱਲ ਕਰੀਏ ਤਾਂ ਜਿਹੜੇ ਸਟੂਡੈਂਟ ਮਲਟੀਪਲ ਟਾਈਮ ਰਿਫਿਊਜ਼ ਹੁੰਦੇ ਆ ਉਸ ਤੋਂ ਬਾਅਦ ਹੀ ਉਹ ਸੈਕਿੰਡ ਆਪਸ਼ਨ ਦੇਖਦੇ ਆ। ਸੋ ਜਿਨ੍ਹਾਂ ਨੂੰ ਮਲਟੀਪਲ ਟਾਈਮ ਰਿਫਿਊਜ਼ਲ ਆ ਚੁੱਕੀ ਹੈ, ਜਾਂ ਜਿਨ੍ਹਾਂ ਦਾ ਮੋਟਿਵ ਹੀ ਹੈਗਾ ਆਸਟ੍ਰੇਲੀਆ ਜਾਣਾ, ਬਿਕੋਜ਼ ਕਲਾਈਮੇਟ ਨੂੰ ਲੈ ਕੇ ਕਈ ਵਾਰੀ ਕਾਫੀ ਸਟੂਡੈਂਟ ਕੈਨੇਡਾ ਨੂੰ ਛੱਡ ਕੇ ਆਸਟ੍ਰੇਲੀਆ ਵੱਲ ਦੇਖਦੇ ਆ। ਕੋਈ ਸਟੂਡੈਂਟਸ ਕਹਿੰਦੇ ਕਿ ਸਾਡੇ ਰਿਸ਼ਤੇਦਾਰ ਹੀ ਮੈਲਬਰਨ ਜਾਂ ਸਿਡਨੀ 'ਚ, ਅਸੀਂ ਉੱਥੇ ਹੀ ਜਾਣਾ ਚਾਹੁੰਦੇ ਹਾਂ। ਸੋ ਜਿੰਨਾ ਸਟੂਡੈਂਟਸ ਆਸਟ੍ਰੇਲੀਆ ਦੇਖਦੇ ਆ ਆਸਟ੍ਰੇਲੀਆ ਐਜ਼ ਅ ਡੈਸਟੀਨੇਸ਼ਨ, ਆਈ ਫੀਲ 2022 ਵਿੱਚ ਰਿਕਾਰਡ ਵੀਜ਼ਾਜ਼ ਆਉਣਗੇ ਆਸਟ੍ਰੇਲੀਆ ਤੋਂ, ਐਂਡ ਸਟੂਡੈਂਟਸ ਜਿਹੜੀ ਰਿਕੁਆਇਰਮੈਂਟਸ ਆ ਉਹ ਵੀ ਸਿੰਪਲੀਫਾਈ ਕਰ ਦਿੱਤੀਆਂ, 60% ਨੰਬਰ ਚਾਹੀਦੇ ਹੈ ਔਰ ਓਵਰਆਲ 6 ਬੈਂਡ ਚਾਹੀਦੇ ਹੈ, ਔਰ ਜਿਹੜੇ ਫੰਡਸ ਹੈ ਉਹ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ। ਸੋ ਦਿਸ ਇਜ਼ ਸਿੰਪਲ ਰਿਕੁਆਇਰਮੈਂਟਸ ਹੈ, ਜੇ ਤੁਸੀਂ ਇਹ ਰਿਕੁਆਇਰਮੈਂਟਸ ਫੁਲਫਿਲ ਕਰ ਸਕਦੇ ਹੋ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ। ਸੋ ਆਸਟ੍ਰੇਲੀਆ ਅਪਲਾਈ ਕਰਨਾ ਜੇ ਤੁਸੀਂ ਚਾਹੁੰਦੇ ਹੋ, ਆਪਣਾ ਪ੍ਰੋਫਾਈਲ ਵੀ ਇੱਕ ਵਾਰ ਮੈਂ ਤਾਂ ਕਹੂੰਗਾ ਜ਼ਰੂਰ ਅਸੈਸ ਕਰਾਓ, ਜੇ ਕੋਈ ਕਮੀ ਪੇਸ਼ੀ ਆ ਸਮੇਂ 'ਤੇ ਉਹਦੇ 'ਤੇ ਕੰਮ ਤੁਸੀਂ ਕਰ ਸਕਦੇ ਹੋ। ਉਹਦੇ ਵਾਸਤੇ ਤੁਸੀਂ 90413 90412 'ਤੇ ਕਾਲ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ ਸੋ ਮਚ।